ਸ਼ਾਸਤਰਾਂ ਦੇ ਵਿੱਚ ਜਿਹਦਾ ਬਹੁਤ ਵੱਡਾ ਵਰਣਨ ਹੈ, ਜ਼ਿਕਰ ਹੈ, ਬਹੁਤ ਅੱਛੀ ਗੱਲ ਹੈ। ਜਦੋਂ ਵੀ ਮੁਰਲੀ ਸੱਚੀ ਤੁਰ ਦੀਵਾਨੀ, ਇਹ ਦਿਨੋ ਦਿਨ ਚੜ੍ਹਦੀ ਕਲਾ ਵਾਲੇ ਪਾਸੇ ਜਾ ਰਿਹਾ ਹੈ। ਧੰਨਵਾਦ। ਤੇ ਸਭ ਤੋਂ ਜਿਹੜੀ ਵੱਡੀ ਖੂਬੀ ਹੈ ਕਿ ਹਰ ਵਾਰ ਸ਼ਿਵ ਦੀ ਅਮਰ ਕਹਾਣੀ, ਜਿਹਨੂੰ ਆਪਾਂ ਕਹਿ ਲਈਏ ਵੀ ਹਰ ਜਨ ਮਾਨਸ ਵਾਸਤੇ ਪਰਮਾਤਮਾ ਦੀ ਇਹ ਮੁਰਲੀ ਜਿਹੜੀ ਹੈ ਨਾ, ਬਹੁਤ ਵਰਦਾਨੀ ਹੈ। ਮੇਰਾ ਪਿਆਰ ਜ਼ਿਆਦਾ ਇਹਦੇ 'ਚ ਜਿਹੜੀ ਇੱਕ ਗੱਲ ਗੌਰ ਕਰਨ ਵਾਲੀ ਉਹ ਹੈ, ਔਰ ਇਹ ਜਿਹੜਾ ਗੀਤ ਹੈ ਕਿ ਤੈਨੂੰ ਬੁਲਾਵੇ ਮੇਰਾ ਪਿਆਰ, ਔਰ ਇੱਦਾਂ ਹੀ ਤੁਸੀਂ ਪਿਆਰ ਦੀਆਂ ਗੱਲਾਂ ਕਰੋਗੇ ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ। ਹੁੰਦਾ ਕਦੇ ਉਦਾਸ ਨਹੀਂ, ਦੁੱਖ ਹਰ ਇੱਕ ਨੂੰ ਆਉਣੇ ਆ, ਹਰ ਇੱਕ ਨੂੰ ਦੁੱਖ ਆਉਣੇ ਆ। ਕਿ ਇੱਕ ਸ਼ਬਦ ਇਹਦੇ 'ਚ ਆਇਆ ਸੰਜੀਵਨੀ ਬੂਟੀ। ਜਿੱਥੇ ਇਨਸਾਨ ਨੂੰ ਕਹਿਣ ਦੇ ਸ਼ਬਦ ਕੰਮ ਹੋ ਜਾਂਦੇ, ਉੱਥੇ ਇਨਸਾਨ ਨੂੰ ਉਹਦਾ ਸੰਗੀਤ ਮੋਹ ਲੈਂਦਾ। ਮਤਲਬ ਕਹਿਣ ਦੀ ਗੱਲ ਹੈ ਕਿ ਅਗਰ ਇੱਕ ਦੂਜੇ ਇਨਸਾਨ ਦੇ ਜਾਂ ਆਪਸ 'ਚ ਕੋਈ ਮਨਮੁਟਾਵ ਹੋ ਗਿਆ ਮੰਨ ਲਓ, ਜਾਂ ਫਿਰ ਕੁਛ ਲੜਾਈ ਝਗੜਾ ਹੋ ਗਿਆ, ਤਾਂ ਉੱਥੇ ਕੁਛ ਸ਼ਬਦ ਨਹੀਂ ਬੋਲ ਪਾਉਂਦੇ। ਮਤਲਬ ਕਹਿਣ ਦਾ ਮਤਲਬ ਹੈ ਕਿ ਅਗਰ ਅਸੀਂ ਇਨਸਾਨ ਨੂੰ ਕੁਛ ਉਹਦੇ ਵਾਸਤੇ ਮੋਹ ਲੈਣ ਵਾਸਤੇ ਕੁਛ ਗੀਤ ਗਾ ਲਈਏ, ਹਾਂ ਉਹ ਮੋਹ ਜਾਂਦਾ ਬੰਦਾ। ਖੈਰ ਛੱਡੋ, ਸੁਰ ਸੰਧਿਆ ਦੇ ਇਸ ਕਾਰਜਕ੍ਰਮ 'ਚ ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਹੈ। ਅਸੀਂ ਸਵਾਗਤ ਕਰਦੇ ਹਾਂ ਸਾਡੇ ਭਰਾਤਾ ਓਮ ਪ੍ਰਕਾਸ਼ ਭਾਈ ਦਾ ਸੁਰ ਸੰਧਿਆ ਦੇ ਇਸ ਕਾਰਜਕ੍ਰਮ 'ਚ। ਇਸ ਕਾਰਜਕ੍ਰਮ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਧੰਨਵਾਦ ਜੀ। ਨਮਸਤੇ, ਨਮਸਕਾਰ ਜੀ। ਓਮ ਸ਼ਾਂਤੀ। ਓਮ ਸ਼ਾਂਤੀ ਭਾਅ ਜੀ। ਤੁਸੀਂ ਕਈ ਵੇਲਾ ਸਾਡੇ ਇਸ ਪ੍ਰੋਗਰਾਮ 'ਚ ਆ ਗਏ ਤਾਂ ਅਲੱਗ ਅਲੱਗ ਅਨੁਭਵ ਹੁੰਦਾ, ਤਾਂ ਹੁਣ ਮੈਂ ਤੁਹਾਡੇ 'ਤੇ ਉਹੀ ਪ੍ਰਸ਼ਨ ਪੁੱਛਦੀ ਹਾਂ ਕਿ ਤੁਹਾਨੂੰ ਇਹ ਸੁਰ ਸੰਧਿਆ ਦੇ ਕਾਰਜਕ੍ਰਮ 'ਚ ਆ ਕੇ ਕਿੱਦਾਂ ਲੱਗਦਾ? ਕਵਿਤਾ ਜੀ, ਇਸ ਹੈ ਕਿ ਤੁਹਾਡਾ ਸੁਰ ਸੰਧਿਆ ਪ੍ਰੋਗਰਾਮ ਜਿਹੜਾ ਹੈ ਜੀ, ਇਹ ਦਿਨੋ ਦਿਨ ਚੜ੍ਹਦੀ ਕਲਾ ਵਾਲੇ ਪਾਸੇ ਜਾ ਰਿਹਾ ਹੈ। ਧੰਨਵਾਦ। ਅਤੇ ਸਭ ਤੋਂ ਜਿਹੜੀ ਵੱਡੀ ਖੂਬੀ ਹੈ ਕਿ ਹਰ ਵਾਰ ਤੁਹਾਡੀ ਪੇਸ਼ਕਸ਼ ਨਵੀਂ ਹੁੰਦੀ ਹੈ, ਹਰ ਨਵੇਂ ਢੰਗ ਦੇ ਨਾਲ, ਨਵੇਂ ਜਿਹੜਾ ਸਾਡੇ ਸੈੱਟ ਲੱਗੇ ਉਹਨਾਂ ਦੇ ਨਾਲ, ਉਹਦਾ ਨਾਲ ਸਰਾ ਬੋਰ ਜਿਹੜਾ ਸਾਡਾ ਪ੍ਰੋਗਰਾਮ ਹੈ। ਔਰ ਇਹ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹੋ ਹੀ ਇਸ ਪ੍ਰੋਗਰਾਮ ਦੀ ਖਿੱਚ ਦਾ ਕਾਰਨ ਹੈ ਕਿ ਹਰ ਵਾਰ ਇੱਥੇ ਨਵੀਂ ਚੀਜ਼ ਦੇ ਨਾਲ ਪੇਸ਼ਕਾਰੀ ਤੁਹਾਨੂੰ ਦੇਖਣ ਨੂੰ ਮਿਲੇਗੀ। ਸੋ ਇਸ ਕਰਕੇ ਮੈਂ ਆਪ ਜੀ ਦਾ ਔਰ ਤੁਹਾਡੀ ਟੀਮ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਪ੍ਰੋਗਰਾਮ ਹਰ ਵੇਲੇ ਹਰ ਤਰ੍ਹਾਂ, ਮਤਲਬ ਨਵੇਂ ਢੰਗ ਨਾਲ, ਜਿਹਨੂੰ ਆਪਾਂ ਕਹੀਏ ਨਵੀਆਂ ਪੈੜਾਂ ਲੈ ਕੇ, ਨਵੇਂ ਕਦਮ ਲੈ ਕੇ ਜਿਹੜਾ ਪ੍ਰੋਗਰਾਮ ਹਰ ਵਾਰ ਦਰਸ਼ਕਾਂ ਦੇ ਰੂਬਰੂ ਹੁੰਦਾ। ਅੱਜ ਕਿਹੜਾ ਤੁਸੀਂ ਮੋਹ ਲੈਣ ਵਾਲਾ ਕਿਹੜਾ ਗੀਤ ਲੈ ਕੇ ਆਏ? ਗੀਤ ਦੀ ਗੱਲ ਜਦੋਂ ਚੱਲੀ ਹੈ ਤਾਂ ਉਹ ਗੀਤ ਜਿਹੜੀ ਹੈ ਉਹ ਜਿੱਦਾਂ ਸ਼ਾਸਤਰਾਂ ਦੇ ਵਿੱਚ ਜਿਹਦਾ ਬਹੁਤ ਵੱਡਾ ਵਰਣਨ ਹੈ, ਜ਼ਿਕਰ ਹੈ, ਬਹੁਤ ਅੱਛੀ ਹੈ, ਕਿ ਜਦੋਂ ਮਧਵਨ 'ਚ ਮੁਰਲੀ ਵੱਜਦੀ ਸੀ ਅਤੇ ਗੋਪ ਗੋਪੀਆਂ ਨੱਚਦੀਆਂ ਸੀ, ਮਸਤ ਹੋ ਜਾਂਦੀਆਂ ਸੀ, ਰਾਸ ਕਰਦੇ ਸੀ, ਅਤੇ ਉਹ ਅਸਲ ਦੇ ਵਿੱਚ ਉਹ ਮੁਰਲੀ ਦੀ ਗੱਲ ਜਿਹੜੀ ਹੈ ਉਹ ਇਹਦੇ ਵਿੱਚ ਕੀਤੀ ਹੈ, ਕਿਉਂਕਿ ਮੈਂ ਵੀ ਪਿਛਲੇ ਕਾਫੀ ਸਾਲਾਂ ਤੋਂ ਬ੍ਰਹਮਾ ਕੁਮਾਰੀਜ਼ ਦੇ ਨਾਲ ਜੁੜਿਆ ਹੋਇਆ ਅਤੇ ਮੈਨੂੰ ਵੀ ਉਹ ਮੁਰਲੀ ਜਿਹੜੀ ਹੈ ਉਹ ਪਰਮਾਤਮਾ ਦੀ ਮੁਰਲੀ, ਮੁਰਲੀ ਦਾ ਮਤਲਬ ਇਹ ਕੋਈ ਕਾਠ ਦੀ ਮੁਰਲੀ ਨਹੀਂ, ਇਹਦਾ ਮਤਲਬ ਇਹ ਹੈ ਕਿ ਇਹ ਪਰਮਾਤਮਾ ਦੀਆਂ ਗੱਲਾਂ ਨੇ, ਪਰਮਾਤਮਾ ਦੀਆਂ ਗੱਲਾਂ, ਪਰਮਾਤਮਾ ਦੇ ਗੀਤ, ਉਹ ਜਿਹੜੇ ਰੂਹ ਦੇ ਨਾਲ ਨੇ, ਸਿੱਧੇ ਰੂਹ ਤੱਕ ਪਹੁੰਚਦੇ ਆ, ਉਹ ਉਹਨੂੰ ਆਪਾਂ ਮੁਰਲੀ ਕਹਿੰਦੇ ਹਾਂ। ਗਿਆਨ ਦੀਆਂ ਗੱਲਾਂ ਜਿਹੜੀਆਂ ਪਰਮਾਤਮਾ, ਕਿਉਂਕਿ ਗਿਆਨ ਦਾ ਸਾਗਰ ਹੈ ਤਾਂ ਗਿਆਨ ਦੀਆਂ ਗੱਲਾਂ ਹੀ ਸੁਣਾਏਗਾ, ਲੇਕਿਨ ਕਿਹਨੂੰ ਸੁਣਾਏਗਾ? ਉਹ ਕਿਸੇ ਬੰਦੇ ਨੂੰ ਨਹੀਂ ਸੁਣਾਏਗਾ, ਉਹ ਬੰਦੇ ਦੀ ਰੂਹ ਨੂੰ ਸੁਣਾਏਗਾ, ਆਪਣੀ ਹੀ ਰੂਹ ਨੂੰ, ਜਾਂ ਫਿਰ ਇੱਕ ਹੁੰਦਾ ਜਿੱਦਾਂ ਹੁੰਦਾ ਕਿ ਆਪਣੀ ਹੀ ਰੂਹ ਸੁਣਿਆ ਕਰਦੀ ਹੈ, ਜਾਂ ਫਿਰ ਇੱਕ ਹੁੰਦਾ ਦੂਜੇ ਦੀ ਰੂਹ ਸੁਣਦੀ ਹੈ। ਹਾਂ, ਉਹ ਇਹ ਉਹ ਆਪਣੀ ਰੂਹ ਔਰ ਦੂਜਿਆਂ ਦੀ ਰੂਹ, ਜਿਹਨੂੰ ਆਪਾਂ ਕਹਿ ਲਈਏ ਵੀ ਹਰ ਜਨ ਮਾਨਸ ਵਾਸਤੇ ਪਰਮਾਤਮਾ ਦੀ ਇਹ ਮੁਰਲੀ ਜਿਹੜੀ ਹੈ ਨਾ, ਬਹੁਤ ਵਰਦਾਨੀ ਹੈ, ਕਲਿਆਣਕਾਰੀ ਹੈ। ਸੋ ਉਹ ਇੱਕ ਗੀਤ ਹੈ ਕਿ ਭਗਵਾਨ ਤੇਰੀ ਮਿੱਠੀ ਮੁਰਲੀ ਇਹ ਬੋਲ ਹੈ। ਹਾਂ, ਇਹਦੇ ਬੋਲ ਨੇ ਬਹੁਤ ਹੈ। ਸੋ ਇਹ ਗੀਤ ਜਿਹੜਾ ਨਾ ਸੀ ਦਰਸ਼ਕਾਂ ਦਾ, ਸੰਗੀਤ ਕਿਨੇ ਦਿੱਤਾ ਵਾ? ਇਹ ਸੰਗੀਤ ਜਿਹੜਾ ਹੈ ਇਹ ਮੇਰੇ ਆਪਣੀ ਹੀ ਟੀਮ ਹੈ ਪਠਾਨਕੋਟ ਦੇ ਵਿੱਚ, ਬੁੱਲੇ ਸ਼ਾਹ ਵਿਸ਼ਾਲ ਪਾਲ ਨੇ ਇਹਦਾ ਗੀਤ ਦਿੱਤਾ, ਉਹ ਸੰਗੀਤ ਦਿੱਤਾ। ਔਰ ਸਭ ਤੋਂ ਵੱਡੀ ਖੂਬੀ ਹੈ ਕਿ ਇਹ ਜਿਹੜਾ ਸੰਗੀਤ ਹੈ ਇਹ ਬੜਾ, ਜਿਹਨੂੰ ਇਹ ਕਹਿ ਲਈਏ ਟ੍ਰੈਡੀਸ਼ਨਲ ਸੰਗੀਤ ਹੈ, ਜਿਹਦੇ ਵਿੱਚ ਬੜਾ ਸੂਦਿੰਗ ਹੈ, ਬੜਾ ਸੋਲਫੁੱਲ ਹੈ, ਔਰ ਦਰਸ਼ਕ ਵੀ ਜਿਸ ਵੇਲੇ ਸੁਣਨਗੇ ਅਤੇ ਉਹਨਾਂ ਦਾ ਵੀ ਦਿਲ ਕਰੇਗਾ ਵੀ ਅਸੀਂ ਵੀ ਇਸ ਮੁਰਲੀ ਨੂੰ ਬਾਰ ਬਾਰ ਸੁਣੀਏ। ਅਤੇ ਚੱਲੀਏ ਫਿਰ। ਹਾਂ ਜ਼ਰੂਰ, ਆਓ ਚੱਲਦੇ ਹਾਂ।
ਤੇ ਨਾਲੇ ਗੀਤ ਸੁਣਦੇ ਆ। ਟ੍ਰੈਕ ਪਲੀਜ਼। ਭਗਵਾਨ ਤੇਰੀ ਮਿੱਠੀ ਮੁਰਲੀ ਸੱਚੀ ਤੁਰ ਦੀਵਾਨੀ ਅਸੀਂ ਉਹ ਮੁਰਲੀ ਹੀ ਜਿੱਦਾਂ ਬੋਲਦੇ ਨਾ ਕਿ ਉਹ ਵਜਾਉਣ ਵਾਲੀ ਜਿਹੜੀ ਮੁਰਲੀ ਹੈ ਉਹ ਸੁਰ ਤੁਹਾਡੇ ਇਸ 'ਚ ਜ਼ਿਆਦਾ ਇਹਦੇ 'ਚ ਜਿਹੜੀ ਇੱਕ ਗੱਲ ਗੌਰ ਕਰਨ ਵਾਲੀ ਉਹ ਇਹ ਹੈ ਕਿ ਇੱਕ ਸ਼ਬਦ ਇਹਦੇ 'ਚ ਆਇਆ ਸੰਜੀਵਨੀ ਬੂਟੀ
हाँ जी बिल्कुल। रामायण दे विच एक वाक्या आउंदा है कि जदों लक्ष्मण जड़ा श्री रामचंद्र जी का भरा है भाई है वो जदों बेहोश हो गया तो उन्हें संजीवनी जड़ी हनुमान लैके आया और संजीवनी जदों आके लक्ष्मण नूं सुगांदे है तो लक्ष्मण पुनर्जीवित हो जाता फिर दोबारा जिंदा हो जाता। इहदा मतलब यही है कि ये जड़ी मुरली है ये मरी हुई रूह नूं उदास इंसान नूं जिहड़ा चिंता च डुब्या इंसान है लक्ष्मण का मतलब है उही है बंदा जिहड़ा अपना लक्ष्य लैके तुरिया पर उहदे रस्ते दे विच चिंता आ गई फिक्र आ गया डर आ गया घबराहट आ गई ये सारिया चीज़ा जिहड़ियां ने उस इंसान नूं उस लक्ष्मण रूपी इंसान नूं मूर्छित कर देंदियां ते ये मुरली जिहड़ी है संजीवनी का काम करती है वह इंसान फिर दोबारा जिहड़ा ना जिंदा हो जाता कि नचना शुरू कर देता दोबारा तगड़ा हो जाता फिर बहुत ही अच्छा। तो अगला गाना कहड़ा है? अगला गाना जिहड़ा हैगा वो असी लैके जिहड़ा चले हाँ वो तुहाडे रूबरू रब दे प्यार दी गल कीती है और इस गाने की एक बड़ी खूबी यह है भैन जी कि इस गाना जिहड़ा है ये इस विद्यालय के जिहड़े संस्थापक ने साकार ब्रह्मा बाबा जी उन्होंने अंग संग रहन वाली भैन राजयोगनी नलनी भैन जी के द्वारा लिखा गीत है। ये बहुत इतिहासिक गीत है और मेरी यह खुश नसीबी है कि उन्होंने साकार बाबा दे टाइम दे विच सब तो पहला गीत शुरू किए उस तो पहला विद्यालय च गीत ने असी वजदे होंदे फिल्मां दे गीतां दे उत्ते योग लोकी करदे सी और ये जिहड़ा गीत है कि तेनू बुलावे मेरा प्यार ये गीत असल च उन्होंने हिंदी दे विच बाबा नूं सुनाया करदे सी जदों बाबा आउंदे सी और बाबा दे प्यार च डुब्बण वास्ते फिल्मी गीतां नूं छड्ड के अपना गीत बनाया उन्होंने ते मेरी ये खुश नसीबी है कि इस गीत दा जिहड़ा पंजाबी अनुवाद मैं कीता जी इहदी तर्जमानी पंजाबी च करके ते ये जिहड़ा गीत है ये बिकुल शर्मा जी दे संगीत दे विच मैं यही पूछने वाली थी हाँ, जी ये उन्हां दे संगीत च ही इस नूं असीं ओह कीता ये शब्दां नूं परोया ते मैनूं लगदा कि दर्शकां नूं खूब पसंद आएगा। पसंद नहीं आएगा मैं बोलदी कि ये गीत तुहाडे इदां ही असीं बिल्कुल भी अपनी सुध बुध खो बैठे। देखो जी रब की जो गल हुंदी है तो रब की सीधी जिहड़ी गल फिर उत्थे आउंदी है जी कि रब की सीधी गल असी रब के बच्चे हाँ तो जदों एक बाप गल करेगा तो बच्चे नूं सहारा मिलेगा तो जदों सहारा मिलेगा तो वह निश्चिंत हो जाएगा निश्चिंत हो के वह बंदा वह जिहड़ा ना बंदा वह बेफिक्र हो के जिहड़ा ना अपनी जिंदगी जींदा सो इस करके इन्हां गीतां च वह गल कही गई तो फिर देर कानू करिए अगला गीत ते बह के प्यार नाल गल्लां करदे आं। ट्रैक प्लीज। बुलावे मेरा प्यार आओ मैं ता मिटे हाँ तेरी चाह विच तैनू बुलावे मेरा प्यार आओ मैं ता मिटे हाँ तेरी चाह विच तैनू बुलावे जान नूहन सब तैयार
ता मिटे हाँ मेरी चाह विच आओ मैं ता मिटे चाह विच मतलब बाहर दी दुनिया नूं देखा जावे उन्हां दा प्यार कुछ होर है एक परमात्मा नाल प्यार स्नेह मतलब एक गल मेरे मन च याद आंदी कि संगीत दो आत्मा दे बीच दी जिहड़ी खाली है वह भर देंदा मतलब जिहड़ा खाली स्थान है वह भर देंदा क्या ये सही है देखो जी जदों असी किसी इंसान नाल प्यार दा रिश्ता जोड़दे हां ਉਹ ਸਾਡਾ ਪਿਆਰ ਧੋਖੇ ਵਾਲਾ ਪਿਆਰ ਬਣ ਜਾਂਦਾ ਕਦੇ ਕੱਚਾ ਪਿਆਰ ਬਣ ਜਾਂਦਾ ਸੱਚਾ ਪਿਆਰ ਨਹੀਂ ਹੁੰਦਾ ਕਿਉਂਕਿ ਸੱਚਾ ਪਿਆਰ ਇੱਕ ਉਸ ਸੱਚੇ ਰੱਬ ਨਾਲ ਹੀ ਹੈ ਨਾ ਤਾਂ ਹੀ ਉਹਨੂੰ ਸੱਤਿਅਮ ਸ਼ਿਵਮ ਸੁੰਦਰਮ ਕਿਹਾ ਜਾਂਦਾ ਕਿ ਰੱਬ ਉਹ ਹੈ ਜਿਹੜਾ ਸੱਚਾ ਹੈ ਰੱਬ ਉਹ ਹੈ ਜਿਹੜਾ ਭਲਾ ਕਰਦਾ ਹੈ ਰੱਬ ਉਹ ਹੈ ਜਿਹੜਾ ਪਰਮ ਸੁੰਦਰ ਹੈ ਜਿਹਨੂੰ ਕਹਿੰਦੇ ਜਿਸ ਕੀ ਰਚਨਾ ਇਤਨੀ ਸੁੰਦਰ ਉਹ ਕਿਤਨਾ ਸੁੰਦਰ ਹੋਊਗਾ ਸੁਣਨ ਦੀ ਗੱਲ ਹੈ ਕਿ ਅਸੀਂ ਆਮ ਤੌਰ ਦੇ ਉੱਤੇ ਸੋਹਣੇ ਲੋਕਾਂ ਨੂੰ ਦੇਖ ਕੇ ਖਲੋ ਜਾਂਦੇ ਹਾਂ ਕਿ ਇਹ ਦੇਖੋ ਜੀ ਕਿੰਨਾ ਸੋਹਣਾ ਹੈ ਨਾ ਲੇਕਿਨ ਇਹ ਗੱਲ ਨਹੀਂ ਜਾਣਦੇ ਮੈਨੂੰ ਇੱਕ ਸ਼ਾਇਰ ਦੀ ਇੱਕ ਲਾਈਨ ਯਾਦ ਆਈ ਹੈ ਲੋਕ ਕਹਿੰਦੇ ਸੋਹਣਿਆਂ ਨੂੰ ਵੇਖ ਕੇ ਹਰ ਕੋਈ ਖਲੋਵੇਗਾ ਪਰ ਜਿਹਨੇ ਸੋਹਣਿਆਂ ਨੂੰ ਬਣਾਇਆ ਉਹ ਕਿੰਨਾ ਸੋਹਣਾ ਹੋਵੇ ਇਹ ਗੱਲ ਸੋਚਣ ਵਾਲੀ ਹੈ ਕਿ ਇਨਸਾਨ ਜਿਹੜਾ ਅਸੀਂ ਦੇਹਧਾਰੀ ਸੋਹਣਿਆਂ ਨੂੰ ਦੇਖ ਕੇ ਜਿਹੜਾ ਨਾ ਉੱਥੇ ਆ ਖਲੋ ਜਾਂਦੇ ਹਾਂ ਅਸੀਂ ਉਹਦੇ ਨਾਲ ਪਿਆਰ ਦਾ ਰਿਸ਼ਤਾ ਜੋੜ ਲੈਂਦੇ ਹਾਂ ਅਤੇ ਜਦੋਂ ਅਸੀਂ ਰੱਬ ਨਾਲ ਪਿਆਰ ਕਰਦੇ ਹਾਂ ਤਾਂ ਸਾਰੀ ਦੁਨੀਆ ਸਾਨੂੰ ਪਿਆਰ ਕਰਦੀ ਇਹ ਉਹ ਗੀਤ ਦੇ ਵਿੱਚ ਗੱਲ ਲੇਕਿਨ ਇਹ ਗੀਤ ਦੇਖਿਆ ਜਾਏ ਬਹੁਤ ਹੀ ਸ਼ਾਂਤ ਇਹਦਾ ਮਿਊਜ਼ਿਕ ਵੀ ਬਹੁਤ ਸ਼ਾਂਤ ਮਤਲਬ ਸ਼ਬਦ ਵੀ ਉੱਦਾਂ ਹੈ ਕਿ ਇੱਕਦਮ ਮੋਹ ਲੈਣ ਵਾਲੇ ਇਹ ਗੀਤ ਦੀ ਜਿਹੜੀ ਮੈਂ ਤੁਹਾਨੂੰ ਖੂਬੀ ਦੱਸੀ ਹੈ ਕਿ ਇਹ ਨਲਿਨੀ ਭੈਣ ਜੀ ਦੇ ਦੁਆਰਾ ਲਿਖਿਆ ਗੀਤ ਹੈ ਤੁਸੀਂ ਇੱਕ ਹਿਸਾਬ ਲਗਾਓ ਕਿ ਸਾਹਮਣੇ ਰੱਬ ਬੈਠਾ ਹੈ ਤੇ ਬੰਦਾ ਆਪਣੇ ਦਿਲ ਦੇ ਉਦਗਾਰ ਜਾਂ ਦਿਲ ਦੀਆਂ ਗੱਲਾਂ ਜਿਹੜੀਆਂ ਬਿਆਨ ਕਰੇਗਾ ਉਹਦੇ 'ਚ ਕਿੰਨੀ ਖਿੱਚ ਹੋਏਗੀ ਤੁਸੀਂ ਸਾਹਿਬ ਬਹੁਤ ਅੱਛੀ ਗੱਲ ਔਰ ਦਰਸ਼ਕਾਂ ਨੂੰ ਵੀ ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਅੱਜ ਤੱਕ ਇਨਸਾਨ ਦੇ ਵਾਸਤੇ ਗੀਤ ਗਾਏ ਹੈ ਲੇਕਿਨ ਜਦੋਂ ਭਗਵਾਨ ਵਾਸਤੇ ਅਸੀਂ ਰੱਬ ਦੇ ਵਾਸਤੇ ਰੱਬ ਦੇ ਸਾਹਮਣੇ ਬਹਿ ਕੇ ਜਦੋਂ ਅਸੀਂ ਗੀਤ ਗਾਈਏ
ਹੁਣ ਰੱਬ ਕੌਣ ਹੈ ਇਹ ਦਰਸ਼ਕਾਂ ਨੂੰ ਸਮਝਣ ਵਾਸਤੇ ਸਾਡੇ ਬ੍ਰਹਮਾ ਕੁਮਾਰੀ ਸੈਂਟਰ ਆਣਾ ਪਏਗਾ ਜੀ ਜੀ ਠੀਕ ਹੈ ਨਾ ਇਦਾਂ ਤੇ ਪਤਾ ਨਹੀਂ ਲੱਗਣਾ ਬਿਲਕੁਲ ਬਿਲਕੁਲ ਜਿਹੜੀ ਚੀਜ਼ ਜਿੱਥੇ ਚਾਹੀਦੀ ਹੈ ਜੇ ਤੁਹਾਨੂੰ ਸਬਜ਼ੀ ਚਾਹੀਦੀ ਹੈ ਸਬਜ਼ੀ ਦੁਕਾਨ 'ਤੇ ਜਾਣਾ ਪੈਣਾ ਕੱਪੜਾ ਚਾਹੀਦਾ ਕੱਪੜੇ ਲੱਠੇ ਦੁਕਾਨ 'ਤੇ ਜਾਣਾ ਪੈਣਾ ਅਤੇ ਜੇ ਦੇਖੋ ਜੀ ਤੁਹਾਨੂੰ ਸ਼ਾਂਤੀ ਚਾਹੀਦੀ ਹੈ ਤਾਂ ਸ਼ਾਂਤੀ ਦਾ ਸਾਗਰ ਤਾਂ ਇੱਕੋ ਹੀ ਹੈ ਅਤੇ ਤੁਹਾਨੂੰ ਰੱਬ ਪਾਉਣ ਵਾਸਤੇ ਅਸੀਂ ਤਾਂ ਨਿਮੰਤਰਣ ਦਿੰਦੇ ਹਾਂ ਦਰਸ਼ਕਾਂ ਨੂੰ ਵੀ ਕਿ ਆਓ ਤੁਸੀਂ ਸਾਡੇ ਬ੍ਰਹਮਾ ਕੁਮਾਰੀ ਸੈਂਟਰ ਦੇ ਵਿੱਚ ਫਰੀ ਤੁਹਾਨੂੰ ਰੱਬ ਦੀ ਪਛਾਣ ਆਪਣੇ ਆਪ ਦੀ ਪਛਾਣ ਇਸ ਡਰਾਮਾ ਦੀ ਪਛਾਣ ਤੁਹਾਨੂੰ ਮਿਲੇਗੀ ਔਰ ਇੱਦਾਂ ਹੀ ਤੁਸੀਂ ਪਿਆਰ ਦੀਆਂ ਗੱਲਾਂ ਕਰੋਗੇ ਜਿਸ ਤਰ੍ਹਾਂ ਅਸੀਂ ਕਰ ਰਹੇ ਜੀ ਅਤੇ ਅਗਲਾ ਕਿਹੜਾ ਗੀਤ ਹੈ ਫਿਰ ਅਗਲਾ ਖੁਸ਼ੀ ਦਾ ਗੀਤ ਹੈ ਜੀ ਅਗਲਾ ਖੁਸ਼ੀ ਦਾ ਗੀਤ ਇਸ ਤਰ੍ਹਾਂ ਹੈ ਕਿ ਜਦੋਂ ਰੱਬ ਮਿਲ ਜਾਂਦਾ ਤਾਂ ਇਨਸਾਨ ਖੁਸ਼ ਹੋ ਜਾਂਦਾ ਜਿਸ ਚੀਜ਼ ਦੀ ਜਨਮਾਂ ਦੀ ਤਲਾਸ਼ ਹੈ ਉਹਨੂੰ ਮਿਲ ਜਾਏ ਤਾਂ ਫਿਰ ਮੈਂ ਕਹਿੰਦਾ ਕੋਈ ਕਮੀ ਨਹੀਂ ਰਹਿ ਜਾਂਦੀ ਵੈਸੇ ਵੀ ਤੁਸੀਂ ਆਮ ਤੌਰ 'ਤੇ ਦੇਖੋ ਜਦੋਂ ਇਨਸਾਨ ਕੋਲ ਹਰ ਚੀਜ਼ ਪੂਰੀ ਹੁੰਦੀ ਹੈ ਤਾਂ ਉਹ ਇਨਸਾਨ ਬਾਂਵਰਾ ਹੋ ਜਾਂਦਾ ਕਹਿੰਦਾ ਲੈ ਮੈਨੂੰ ਤਾਂ ਰੱਬ ਨੇ ਸਭ ਕੁਛ ਦਿੱਤਾ ਤਾਂ ਇਸ ਕਰਕੇ ਇਹ ਜਿਹੜਾ ਗੀਤ ਹੈ ਅਸੀਂ ਇਹ ਅਗਲਾ ਗੀਤ ਜਿਹੜਾ ਲੈ ਕੇ ਆ ਰਹੇ ਹਾਂ ਉਹ ਗੀਤ ਦੇ ਹੀ ਹੈ ਕਿ ਜਿਸ ਦਾ ਮਨ ਸਦਾ ਖੁਸ਼ ਰਹਿੰਦਾ ਦੁੱਖਾਂ ਨੂੰ ਜੋ ਹੱਸ ਕੇ ਸਹਿੰਦਾ ਹੁੰਦਾ ਕਦੇ ਉਦਾਸ ਨਹੀਂ ਦੁੱਖ ਹਰ ਇੱਕ ਨੂੰ ਆਉਣੇ ਆ ਹਰ ਇੱਕ ਨੂੰ ਦੁੱਖ ਆਉਣੇ ਇਹ ਹੋ ਹੀ ਨਹੀਂ ਸਕਦਾ ਕਿ ਧੁੱਪ 'ਚ ਬੰਦਾ ਖਲੋਤਾ ਉਹਨੂੰ ਧੁੱਪ ਨਾ ਲੱਗੇ ਬਾਰਿਸ਼ 'ਚ ਖਲੋਤਾ ਬੰਦਾ ਭਿੱਜੇ ਨਾ ਹੋ ਇਹ ਹੋਣਾ ਹੀ ਹੋਣਾ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁੰਦਾ ਕਦੇ ਉਦਾਸ ਨਹੀਂ ਸੱਚ ਕਹਿੰਦਾ ਉੱਪਰ ਵਾਲਾ ਕਿ ਖੁਸ਼ੀ ਵਰਗੀ ਖੁਰਾਕ ਨੇ ਕਿਆ ਬਾਤ ਹੈ ਅਤੇ ਫਿਰ ਦੇਰ ਕਾਹਨੂੰ ਕਰਦੇ ਅਗਲੇ ਇਸ ਗੀਤ ਨਾਲ ਅੱਗੇ ਚੱਲਦੇ ਹਾਂ ਆਈਏ ਸੁਣਦੇ ਹਾਂ ਇਹ ਗੀਤ ਟਰੈਕ ਪਲੀਜ਼ ਜਿਸ ਦਾ ਮਨ ਸਦਾ ਖੁਸ਼ ਰਹਿੰਦਾ ਦੁੱਖਾਂ ਨੂੰ ਜੋ ਹੱਸ ਕੇ ਸਹਿੰਦਾ ਜਿਸ ਦਾ ਮਨ ਸਦਾ ਖੁਸ਼ ਰਹਿੰਦਾ ਦੁੱਖਾਂ ਨੂੰ ਜੋ ਹੱਸ ਕੇ ਸਹਿੰਦਾ ਉਹ ਹੁੰਦਾ ਕਦੇ ਉਦਾਸ ਨਹੀਂ ਹੁੰਦਾ ਕਦੇ ਉਦਾਸ ਨਹੀਂ ਸੱਚ ਕਹਿੰਦਾ ਹੈ ਉੱਪਰ ਵਾਲਾ ਖੁਸ਼ੀ ਜਹੀ ਖੁਰਾਕ ਨਹੀਂ ਆ ਖੁਸ਼ੀ ਜਹੀ ਖੁਰਾਕ ਨਹੀਂ ਆ ਖੁਸ਼ੀ ਜਹੀ ਖੁਰਾਕ ਨਹੀਂ ਹਾ ਖੁਸ਼ ਰਹਿੰਦਾ ਖੁਸ਼ ਰਹੋ ਕਹਿੰਦਾ ਖੁਸ਼ੀਆਂ ਸਭ ਨੂੰ ਵੰਡਦਾ ਰਹਿੰਦਾ ਖੁਸ਼ ਰਹਿੰਦਾ ਖੁਸ਼ ਰਹੋ ਕਹਿੰਦਾ ਖੁਸ਼ੀਆਂ ਸਭ ਨੂੰ ਵੰਡਦਾ ਰਹਿੰਦਾ ਹੁੰਦਾ ਕਦੇ ਨਿਰਾਸ਼ ਨਹੀਂ ਹੁੰਦਾ ਕਦੇ ਨਿਰਾਸ਼ ਨਹੀਂ ਸੱਚ ਕਹਿੰਦਾ ਹੈ ਉੱਪਰ ਵਾਲਾ ਖੁਸ਼ੀ ਜਹੀ ਖੁਰਾਕ ਨਹੀਂ ਖੁਸ਼ੀ ਜਹੀ ਖੁਰਾਕ ਨਹੀਂ ਆ ਖੁਸ਼ੀ ਜਹੀ ਖੁਰਾਕ ਨਹੀਂ ਹਾ ਦਿਲ ਦਾ ਪਿਆਰ ਉਹ ਸਭ ਤੇ ਲੁਟਾਉਂਦਾ ਪਾਲਿਆ ਸਭ ਕੁਝ ਗੀਤ ਹੈ ਗਾਉਂਦਾ ਦਿਲ ਦਾ ਪਿਆਰ ਉਹ ਸਭ ਤੇ ਲੁਟਾਉਂਦਾ ਪਾਲਿਆ ਸਭ ਕੁਝ ਗੀਤ ਹੈ ਗਾਉਂਦਾ ਮਨ ਵਿੱਚ ਕੋਈ ਪਿਆਸ ਨਹੀਂ ਮਨ ਵਿੱਚ ਕੋਈ ਪਿਆਸ ਨਹੀਂ ਸੱਚ ਕਹਿੰਦਾ ਹੈ ਉੱਪਰ ਵਾਲਾ ਖੁਸ਼ੀ ਜਹੀ ਖੁਰਾਕ ਨਹੀਂ ਖੁਸ਼ੀ ਜਹੀ ਖੁਰਾਕ ਨਹੀਂ ਆ ਖੁਸ਼ੀ ਜਹੀ ਖੁਰਾਕ ਨਹੀਂ ਹਾ ਮਨ ਬੁੱਧੀ ਈਸ਼ਵਰ 'ਚ ਲਗਾ ਕੇ ਸਾਰੇ ਖਜ਼ਾਨੇ ਪ੍ਰਭੂ ਤੋਂ ਪਾ ਕੇ ਮਨ ਬੁੱਧੀ ਈਸ਼ਵਰ 'ਚ ਲਗਾ ਕੇ ਸਾਰੇ
खजाने प्रभु तो पाके हो रती पर आश नहीं, हो रती पर आश नहीं, सच कहंदा सच कहंदा है ऊपर वाला, खुशी जही खुराक नहीं, खुशी जही खुराक नहीं, खुशी जही खुराक नहीं। बहुत अच्छे, मतलब जिद्दा अगर ऐसे कोई एक मेडिकल शॉप च जाइए उन्होंने बोलिए कि सानू बुखार है दवा मिल जाती है, सिर दर्द है दवा मिल जाए, लेकिन खुशी दी दवा। देखो जी कविता जी, तुसी बादाम खा लो, तुसी पिस्ता खा लो, तुसी काजू खा लो, जेकर खुश नहीं ना रहिंदे ते तुहानू खुराक लगनी नहीं, लगनी नहीं, कुछ खादा पीता लगना ही नहीं। बंदा मरियल हुंदा जिवें जींदा मुर्दा हुंदा जिवें, इस करके सब जिहड़ा बंदा कहिंदे खुशी वर्गी खुराक, जिहड़ा बंदा खुश रहिंदा ना वह सुक्की रोटी भी खाएगा उन्हें घ्यो वर्गी लगेगी। तो इस करके ये गाने च बयान किया जी कि मन खुश है जहान खुश है, और जो असं खुश हैं तो फिर दुनिया खुश है जिंदगी खुश है। बिल्कुल बिल्कुल भाजी, तुसी इदा ही साढ़े स कार्यक्रम च आते रहे हो और नए नए गीत भी लैके आओ, और जिदा तुसी संगीत का म्यूजिक, मतलब एक म्यूजिक जी देंदे ये बड़ा हल्का म्यूजिक है, ये भी किन्ने तुहाडे कोई? हाँ ये इस गाने का म्यूजिक भी बिल्कुल शर्मा दिल्ली वाले उन्होंने, वो मुंडा जिहड़ा है वो पहली बार मेरे नाल उन्हां दा संबंध होया है। बहुत अच्छा, ते ओ, मेरी तबीयत नूं समझ गया कि किस तरह के गाने चाहिए और किस तरह संगीत चाहिए। संगीत का मतलब है कि जो एक उदास मन नूं ना खुश कर दे, है ना, सुत्ता बंदा उन्हें जगा दे, है ना, जे बंदा बैठा नूं नचा दे, इदां दा संगीत होना चाहिए। और दुनिया के विच अज खुशी की तो घाट है, तो इस करके दर्शकों नूं मैं कहांगा भई सैड सोंग सुनने बंद कर दिओ, एवें ही रोन धोन वाले गाने बंद कर दिओ, तो इदा के गाने सुनो जी, जिस तरह बिल्कुल शर्मा बना रहा संगीत दे रहा, इदा के गाने गाओ, इदा के गाने लैके नचो, घर का माहौल वधिया हो जाएगा, घर के विच खुशी आ जाएगी, इंसान जो घर के विच सारे जिहड़े ने वो आपस च प्यार नाल रहे। भाजी तुहाडा बहुत बहुत धन्यवाद कि तुसी साढ़े इस कार्यक्रम च आए, सुरसंध्या दे इस कार्यक्रम च आए और बहुत अच्छे अच्छे गीत भी लैके आए, बहुत शुक्रिया जी। दर्शकों का भी बहुत शुक्रिया कि तुहानू तुसी मैनू नवाजिया, चंगी तरह नवाजिया भाई, मेरे गाने तुसी सुन रहे हो, तो एक बार बहुत सब का धन्यवाद। मित्रों एक गल ठीक बोली लास्ट जिहड़ा गाना असी सुनिया कि असी कोई चीज़ लैण वास्ते हर चीज़ सानू बाहर मार्केट चो मिल सकती है, लेकिन खुशी जी वो कित्थे नहीं मिल सकती, वो खुराक असी अपने मन च मन नू खुश रखांगे ता ही वो सानू खुशी मिल सकती है। और वो भी एक गल ए भी मैं बोल सकती कि अगर असी परमात्मा दी याद च रह के अपना सारा कम करिए, सारा जिद्दां देखे कि हसदे बोलदे रहिए, अपना जीवन अपने आप ही खुशहाल बन जांदा। हुण देइए मैनू इजाजत, अगली कड़ी च फिर ते तुहाडे वर्ग कुछ नए गीत लैके आएंगे, तद तक लई नमस्कार, ओम शांति।